ਬਦਾਰ ਸਾਹਿਬ ਪਹਿਲਾ ਸਵਾਲ ਜੀ ਅਸੀਂ ਦੇਖਦੇ ਹਾਂ ਕਿ ਵੀਰਵਾਰ ਹੋ ਗਏ ਸ਼ਨੀਵਾਰ ਵੱਖੋ ਵੱਖਰੇ ਦਿਨ ਹੁੰਦੇ ਆ ਗੱਦੀਆਂ ਲੱਗਦੀਆਂ ਠੀਕ ਹੈ ਪੁੱਛਾਂ ਕੱਢੀਆਂ ਜਾਂਦੀਆਂ ਠੀਕ ਹੈ ਉੱਥੇ ਕਣ ਲੈ ਕੇ ਜਾਂਦੇ ਆ ਕਈ ਲੋਕ ਪੈਸੇ ਵਾਰ ਕੇ ਲੈ ਕੇ ਜਾਂਦੇ ਆ ਉੱਥੇ ਬਾਬਾ ਆਵਾਜ਼ ਦਿੰਦਾ ਕਿ ਭਾਈ ਜਿਹੜਾ ਕਣ ਪਾ ਕੇ ਫਲਾਨੀ ਮੁੰਡੇ ਦੇ ਬਾਹਰ ਜਾਣ ਲਈ ਜਾਂ ਬੱਚੇ ਦੇ ਲਈ ਆਇਆ ਉਹ ਖੜਾ ਹੋ ਜਾਓ ਮਾਈ ਖੜੀ ਹੋ ਜਾਂਦੀ ਹੈ ਫਿਰ ਉਹਨੂੰ ਉਹਦੀ ਸਾਰੀ ਡਿਟੇਲ ਵੀ ਦੱਸ ਦਿੱਤੀ ਜਾਂਦੀ ਹੈ ਕਿਵੇਂ ਪਤਾ ਲੱਗਦਾ ਉਹਨਾਂ ਨੂੰ ਇਹ ਸਭ ਮਨਿੰਦਰ ਜੀ ਜੀ ਦੇਖੋ ਗੱਲ ਇੱਕ ਤਾਂ ਤਰਕਸ਼ੀਲ ਸੁਸਾਇਟੀ ਨੇ ਮੋਟੇ ਤੌਰ 'ਤੇ ਇਹ ਚੈਲੰਜ ਕੀਤਾ ਹੋਇਆ ਵੀ ਇਸ ਪੂਰੀ ਧਰਤੀ ਦੇ ਉੱਤੇ ਹਾਂਜੀ ਨਾ ਤਾਂ ਕੋਈ ਅਜਿਹੀ ਸ਼ਕਤੀ ਹੈ ਠੀਕ ਹੈ ਜਦੋਂ ਹੈ ਨਹੀਂ ਤਾਂ ਉਹ ਕਿਸੇ ਪਾਸਬ ਨਹੀਂ ਹੋ ਸਕਦੀ ਵੀ ਜਿਹਨੇ ਆਪਦੇ ਬੱਸ 'ਚ ਕੀਤੀ ਹੋਵੇ ਉਹ ਕਿਸੇ ਬਾਰੇ ਜਾਣ ਕੇ ਉਹਦਾ ਦੱਸ ਦੇ ਜਾਂ ਉਹਦਾ ਚਿਹਰਾ ਪੜ੍ਹ ਕੇ ਦੱਸ ਦੇ ਜਾਂ ਉਹਨੂੰ ਕੋਈ ਆਕਾਸ਼ਬਾਣੀ ਹੋ ਜਾਵੇ ਠੀਕ ਹੈ ਪਰ ਸਾਡੇ ਲੋਕ ਜਾਂਦੇ ਰਹਿੰਦੇ ਆ ਤੇ ਇਹ ਬਾਬੇ ਲੋਕ ਦੱਸਦੇ ਰਹਿੰਦੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਬਹੁ ਗਿਣਤੀ ਲੋਕਾਂ ਨੂੰ ਉਹ ਉਹਨਾਂ ਬਾਰੇ ਸੱਚੀਆਂ ਗੱਲਾਂ ਵੀ ਦੱਸ ਦਿੰਦੇ ਆ ਹਾਂਜੀ ਸਵਾਲ ਆਉਂਦਾ ਕਿ ਫਿਰ ਉਹ ਸੱਚੀਆਂ ਦੱਸ ਕਿਵੇਂ ਦਿੰਦੇ ਆ ਹਾਂਜੀ ਦੋ ਤਿੰਨ ਤਰੀਕੇ ਆ ਠੀਕ ਹੈ ਜੀ ਮੈਂ ਤੁਹਾਨੂੰ ਉਦਾਹਰਨ ਦੇ ਤੌਰ 'ਤੇ ਦਿਊਂਗਾ ਅੱਜ ਤੋਂ 1985 ਦੀ ਗੱਲ ਹੈ ਠੀਕ ਹੈ ਜੀ ਕਾਲੇ ਕੇ ਪਿੰਡ 'ਚ ਕਿਸੇ ਖੇਤ ਦੇ ਵਿੱਚ ਜਾ ਕੇ ਕਿਸੇ ਬਾਬੇ ਨੇ ਡੇਰਾ ਲਾ ਲਿਆ ਠੀਕ ਹੈ ਜੀ ਬਾਬੇ ਨੇ ਡੇਰਾ ਲਾਇਆ ਤੇ ਹੌਲੀ ਹੌਲੀ ਪ੍ਰਚਾਰ ਹੋ ਗਿਆ ਲੋਕੀ ਪੁੱਛਾਂ ਲੈਣ ਆ ਗਏ ਪੁੱਛਾਂ ਲੈਣ ਵਾਲਿਆਂ 'ਚ ਅਸੀਂ ਗਿਣਤੀ 'ਚ ਵੇਖਿਆ ਕਿ 90% ਔਰਤਾਂ ਹੁੰਦੀਆਂ 10% ਆਦਮੀ ਹੁੰਦੇ ਉਹ ਵੀ ਨਾਲ ਗਏ ਹੁੰਦੇ ਆ ਪਹਿਲ ਕਰਕੇ ਨਹੀਂ ਜਾਂਦੇ ਠੀਕ ਹੈ ਅਸੀਂ ਜਾ ਕੇ ਬੈਠ ਗਏ ਜਿਵੇਂ ਲੋਕੀ ਉਦੋਂ 85 'ਚ ਠੋਲੂ ਦੀ ਕੀਮਤ ਵਾਹਵਾ ਹੁੰਦੀ ਸੀ 1 ਰੁਪਈਏ ਦੀ ਹੁਣ ਤਾਂ 100-100 ਤੇ ਜਾ ਵੜੀ ਗੱਲ ਲੋਕੀ ਜਿਵੇਂ ਠੋਲੂ ਉੱਥੇ ਰੱਖ ਕੇ ਜਿਹਨੂੰ ਕਹਿੰਦੇ ਸੀ ਵੀ ਇਹ ਚੁਹਾ ਕੇ ਲਿਆਂਦਾ ਕਿਸੇ ਚੀਜ਼ ਤੋਂ ਦੀ ਜਿਹਦੇ ਬਾਰੇ ਪੁੱਛਣਾ ਵੀ ਉਹ ਉੱਥੇ ਪਾਉਣਾ ਹੁੰਦਾ ਸੀ ਅਸੀਂ ਵੀ ਆਪਦਾ ਜਾ ਕੇ ਠੋਲੂ ਪਾਤਾ ਅਸੀਂ 4 ਜਾਣੇ ਸੀ ਜਾ ਕੇ ਬੈਠ ਗਏ ਠੀਕ ਹੈ ਜੀ ਬੈਠਿਆਂ ਤੋਂ ਉਹਨੂੰ ਸਾਡੇ ਬਾਰੇ ਇਹ ਨਹੀਂ ਪਹਿਲਾਂ ਪਤਾ ਲੱਗਿਆ ਵੀ ਇਹ ਭਾਈ ਕੋਈ ਪਰਖ ਪੜਤਾਲ ਕਰਨ ਵਾਲੇ ਆ ਠੀਕ ਹੈ ਜੀ ਉਹ ਤੂੰਬਾ ਵਜਾਉਂਦਾ ਸੀ ਤੂੰਬੇ ਦੇ ਵਿੱਚ ਆਪਦੀਆਂ ਸੁਰਾਂ ਲਾਉਂਦਾ ਸੀ ਸੁਰਾਂ ਵਾਲੀ ਗੱਲ ਤਾਂ ਬਹੁਤ ਪੁਰਾਣੀ ਹੋ ਗਈ ਮੈਂ ਉਹ ਸ਼ਬਦ ਤਾਂ ਨਹੀਂ ਉਹਦੇ ਯਾਦ ਬਸ ਆਪਦੇ ਡੇਰੇ ਦੀ ਮਹਿਮਾ ਕਰਦਾ ਸੀ ਇੱਥੇ ਸੱਚੀਆਂ ਗੱਲਾਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਜਿਹੜਾ ਵੀ ਆਉਂਦਾ ਕਰਕੇ ਉਹ ਵਜਾਉਂਦਾ ਰਹਿੰਦਾ ਵਜਾਉਂਦਾ ਅੱਖਾਂ ਕਦੇ ਤਾਂ ਨੂੰ ਚੜਾ ਲਈਆਂ ਅਖੀਰ ਨੂੰ ਅੱਖਾਂ ਬੰਦ ਕਰਕੇ ਉਹ ਬੋਲਦਾ ਖੜੀ ਹੋ ਜਾਓ ਭਾਈ ਜਿਹੜੀ ਪਤੀ ਤੋਂ ਦੁਖੀ ਆ ਠੀਕ ਹੈ ਹੋਇਆ ਇਹ ਕਿ 4-5 ਔਰਤਾਂ ਖੜੀਆਂ ਹੋ ਗਈਆਂ ਹਾਂਜੀ ਹੁਣ ਪਤੀ ਤੋਂ ਦੁਖੀ ਹੋਣ ਦੇ ਕਈ ਕਾਰਨ ਹੋ ਸਕਦੇ ਆ ਬਿਲਕੁਲ ਨਸ਼ਾ ਵੀ ਹੋ ਸਕਦਾ ਕੋਈ ਘਰੇ ਆ ਕੇ ਕੁੱਟਮਾਰ ਕਰਦਾ ਹੋ ਸਕਦਾ ਕੋਈ ਸ਼ੱਕ ਕਰਦਾ ਹੋ ਸਕਦਾ ਕਿਸੇ ਤਰ੍ਹਾਂ ਦਾ ਕਾਰਨ ਵੀ ਹੋ ਸਕਦਾ ਬਿਲਕੁਲ ਉਹ ਹੁਣ ਜਦੋਂ ਕਈ ਔਰਤਾਂ ਖੜੀਆਂ ਹੋ ਗਈਆਂ ਫਿਰ ਕਿਉਂਕਿ ਛੰਟਣਾ ਹੁੰਦਾ ਉਹਨਾਂ ਨੇ ਫਿਰ ਕਹਿੰਦਾ ਭਾਈ ਨਹੀਂ ਬਾਕੀ ਬਹਿ ਜਾਓ ਜਿਹੜੀ ਦਾਰੂ ਤੋਂ ਔਖੀ ਆ ਘਰ ਵਾਲੇ ਦੇ ਉਹ ਖੜੀ ਹੋ ਜਾਓ ਤੇ ਇੱਕ ਰਹਿ ਗਈ ਠੀਕ ਹੈ ਛਾਂਟ ਲਈ ਹੁਣ ਉਹਨੂੰ ਇਹ ਲੱਗੂਗਾ ਵੀ ਮੈਨੂੰ ਦਾਰੂ ਵਾਲੇ ਮੇਰੇ ਮੈਂ ਦਾਰੂ ਵਾਲੇ ਤੋਂ ਦੁਖੀ ਸੀ ਅਤੇ ਮੈਂ ਕਣ ਪਾਇਆ ਅਤੇ ਕੱਢ ਲਿਆ ਉਹ ਦੂਜੀ ਗੱਲ ਭੁੱਲ ਜਾਂਦੇ ਆ ਵੀ ਜਿਹੜੇ ਇਹਨੇ ਪਹਿਲਾਂ ਛਾਨਣਾ ਲਾਇਆ ਵੀ ਭਾਈ ਖੜੀਆਂ ਹੋ ਜਾਓ ਜਿਹੜੀਆਂ ਪਤੀ ਤੋਂ ਦੁਖੀ ਆ ਉਹ ਕਾਮਨ ਗੱਲ ਆ ਫਿਰ ਖੜੀਆਂ ਹੋ ਜਾਓ ਜਿਹੜੀਆਂ ਸ਼ਰਾਬ ਕਰਕੇ ਇਦੋਂ ਅਗਲੀ ਗੱਲ ਹੁੰਦੀ ਹੈ ਕੁੱਟਮਾਰ ਕਰਕੇ ਜਾਣੀ ਕਹਿਣ ਦਾ ਮਤਲਬ ਕੀ ਹੈ ਕਿ ਇਹ ਗੱਲ ਇਸ ਤੋਂ ਵੱਧ ਹੋਰ ਕਿਸੇ ਢੰਗ ਨਾਲ ਕੋਈ ਵੀ ਨਹੀਂ ਹੁੰਦੀ ਇੱਕ ਹੋਰ ਉਦਾਹਰਨ ਤੌਰ 'ਤੇ ਇੱਕ ਭੋਲਾ ਬਾਬਾ ਹੋਇਆ ਪਬਲਿਕ ਹੈਲਥ ਦੇ ਵਿੱਚ ਉਹ ਪੰਪ ਆਪਰੇਟਰ ਸੀਗਾ ਤਲਵੰਡੀ ਸਾਬੋ ਠੀਕ ਹੈ ਜੀ ਉਹ ਪਿੰਡਾਂ 'ਚ ਜਾ ਕੇ ਚੌਂਕੀ ਲਾਉਂਦਾ ਹੁੰਦਾ ਚੌਂਕੀ ਲਾ ਕੇ ਉਹਦੇ ਕੋਲ ਮੋਟੇ ਮੋਟੇ ਸੰਗਲ ਜੇ ਹੁੰਦੇ ਘੜੀਆਂ ਜੀਆਂ ਪਾਈਆਂ ਉਹ ਮਾਰਦਾ ਐਂ ਕਰਕੇ ਇਹ ਦਹਿਸ਼ਤ ਪਾਉਣ ਵਾਸਤੇ ਵੀ ਯਾਰ ਦੇਖੋ ਬਾਬਾ ਜੀ ਦਾ ਜਦੋਂ ਫਿਰ ਪੀਰ ਜੋ ਵੀ ਜਿਹਨੂੰ ਉਹ ਮੰਨਦਾ ਜਦੋਂ ਉਹ ਆ ਗਿਆ ਉਦੋਂ ਬਾਅਦ ਇਹਦੇ ਸੱਟ ਨਹੀਂ ਵੱਜਦੀ ਉਹ ਕੀ ਹੁੰਦਾ ਵੀ ਇੱਕ ਲੰਬਾ ਡੰਡਾ ਹੁੰਦਾ ਸਰੀਆ ਉਹਦੇ 'ਚ ਰਿੰਗ ਪਾਇਆ ਹੁੰਦਾ ਰਿੰਗ 'ਚ ਅੱਗੇ 10-15 ਸੰਗਲੀਆਂ ਹੁੰਦੀਆਂ ਉਹ ਹੁਣ ਸਾਨੂੰ ਪਤਾ ਵੀ ਜੇ ਉਹ ਸੰਗਲ ਸਾਨੂੰ ਫੜਾ ਕੇ ਕੋਈ 5 ਸੰਗਲ ਮਰਵਾ ਜੇ ਅਸੀਂ 5 ਲੱਖ ਦੇ ਦਾਂਗੇ ਪਰ ਉਹ ਮਾਰਨਾ ਕਿਵੇਂ ਅਸੀਂ ਵੀ ਮਾਰ ਕੇ ਦਿਖਾਉਣੇ ਆ ਮਾਰ ਕੇ ਦਿਖਾਉਣ ਦਾ ਕੀ ਆ ਵੀ ਸਰੀਆ ਇੱਥੋਂ ਖਿੱਚਣਾ ਇੱਥੇ ਸੰਗਲੀ ਲੱਗਣੀ ਹੈ ਸੰਗਲੀ ਲੱਗਣ ਵੇਲੇ ਆਵਾਜ਼ ਮੂੰਹ 'ਚੋਂ ਆਉਣੀ ਹੈ ਖੜਕਾ ਸੰਗਲ ਦਾ ਨਹੀਂ ਆਉਣਾ ਉਹਨੇ ਕਹਿਣਾ ਅਗਲੇ ਲੱਗਦਾ ਸੰਗਲ ਦੀ ਬੜੀ ਸੱਟ ਇਹਦੇ ਲੱਗੀ ਸੰਗਲੀ ਮਾਰਿਆ ਕਰੇ ਕਰਿਆ ਕਰੇ ਅਤੇ ਭਦੌੜ ਉਹਦੀ ਸੀਗੀ ਰਿਸ਼ਤੇਦਾਰੀ ਠੀਕ ਹੈ ਜੀ ਗਿੱਝ ਗਿਆ ਕਿਉਂਕਿ ਭਦੌੜ ਵਾਲੇ ਰਿਸ਼ਤੇਦਾਰਾਂ ਨੂੰ ਵੀ ਇਹ ਸੀਗਾ ਵੀ ਦਾਸਾ ਵੀਸਾ ਭਾਈ ਆਪਾਂ ਨੂੰ ਵੀ ਆਪਣੀ ਵੀ ਮਹਿਮਾ ਹੋਊਗੀ ਹੋਇਆ ਇਹ ਤੇ ਅਸੀਂ ਵੀ ਚਲੇ ਗਏ ਹਾਂਜੀ ਜਾਣ ਤੋਂ ਬਾਅਦ ਉਹਨੇ ਉਹੀ ਪੁੱਛਾਂ ਕੱਢਣੀ ਸ਼ੁਰੂ ਕਹਿੰਦਾ ਵੀ ਖੜਾ ਹੋ ਜੇ ਜਿਹਦੀ ਗੁਰਦੇਵਕਿਆਂ ਨਾਲ ਕੰਧ ਸਾਂਝੀਏ ਠੀਕ ਹੈ ਉਹਦਾ ਨਾਂ ਨਹੀਂ ਲਿਆ ਕਿ ਜਿਹਦੀ ਕੰਧ ਨਾਲ ਕੰਧ ਸਾਂਝੀ ਹੈ ਮੈਂ ਜਿਹਦਾ ਘਰ ਵਾਲਾ ਜਿਹਨੇ ਕਣ ਪਾਇਆ ਇਹ ਨਾਂ ਲੈਤਾ ਵੀ ਜਿਹਦੀ ਗੁਰਦੇਵਕਿਆਂ ਨਾਲ ਕੰਧ ਸਾਂਝੀ ਹੈ ਹੁਣ ਸਾਡਾ ਤਾਂ ਦਿਮਾਗ ਕੰਮ ਕਰਦਾ ਵੀ ਜਿਹੜੇ ਬੰਦੇ ਨੇ ਰਿਪੋਰਟ ਦਿੱਤੀ ਆ ਉਹ ਉਹਦਾ ਨਾਂ ਨਹੀਂ ਜਾਣਦਾ ਸਹੀ ਹੈ ਪਰ ਉਹ ਭਦੌੜਦਾ ਉਹ ਐਂ ਤਾਂ ਜਾਣਦਾ ਵੀ ਇਹਨਾਂ ਦਾ ਘਰ ਗੁਰਦੇਵ ਕੇ ਘਰ ਨਾਲ ਜੋ ਰਿਪੋਰਟ ਦਿੱਤੀ ਹੈ
ਤਾਂ ਉਹਦੇ 'ਚੋਂ ਕੀ ਹੈ ਉਹ ਫਿਰ ਭਾਈ ਗੁਰਦੇਵ ਹੁਣ ਅਗਲਾ ਤਾਂ ਸੋਚਦੇ ਨਹੀਂ ਅਗਲਾ ਜਾਂ ਤਾਂ ਇਹ ਕਹੇ ਵੀ ਜਦੋਂ ਮੇਰਾ ਨਾਮ ਬੋਲੂ ਮੈਂ ਤਾਂ ਉਹਦੀ ਖੜਾ ਹੋਊ ਨਾ ਕਿਉਂ ਪਰਖ ਕਰਨ ਨਹੀਂ ਗਿਆ ਬੋੜਾ ਵੀ ਉਹਨੇ ਤਾਂ ਕੰਧ ਨਾ ਕੰਧ ਦੱਸਤੀ ਬਿਲਕੁਲ ਉਦੋਂ ਬਾਅਦ ਫਿਰ ਜਿਵੇਂ ਸਮੱਸਿਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਭਾਈ ਇਸ ਗੱਲ ਲਈ ਕਣ ਪਾਇਆ ਆਹ ਕਣ ਪਾਇਆ ਕਰ ਕਰਾ ਕੇ ਅਤੇ ਅਸੀਂ ਚੈਲੇਂਜ ਕਰਤਾ ਅਸੀਂ ਆਖਿਆ ਵੀ ਆਹ ਗੱਲ ਹੈ ਉਹ ਰੌਲਾ ਜਿਹਾ ਪਿਆ ਰੌਲਾ ਪਿਆ ਜਿਹੜੇ ਪ੍ਰਬੰਧਕ ਸੀ ਉਹ ਕਹਿੰਦੇ ਵੀ ਅੱਜ ਦੀ ਚੌਂਕੀ ਲੱਗ ਲੈਣ ਤੇ ਆਪਾਂ ਬਹਿ ਕੇ ਕਰਾਰ ਤੈਅ ਕਰ ਲੈਂਦੇ ਹਾਂ ਅਸੀਂ ਆਖਿਆ ਵੀ ਚੱਲ ਕਰ ਲਓ ਬਹਿ ਕੇ ਕਰਾਰ ਤੈਅ ਕਰ ਲਿਆ ਪੂਰਾ ਵਧੀਆ ਐਂ ਬੈਠੇ ਉਹਨੇ ਅਗਲੀ ਚੌਂਕੀ ਆਉਣਾ ਸੀ ਸਾਨੂੰ ਵੀ ਪਤਾ ਸੀ ਵੀ ਉਦੋਂ ਪਹਿਲਾਂ ਪਹਿਲਾਂ ਦੀ ਡੇਟ ਰੱਖ ਲਈ ਡੇਟ ਰੱਖ ਕੇ ਕੀ ਕਰ ਲਿਆ ਸਾਡੇ ਉੱਥੇ ਹਰੀ ਸਿੰਘ ਬਾਬਾ ਜੀ ਆ ਉਹਦੀ ਡੇਅਰੀ ਦੇ ਉੱਤੇ ਟਾਈਮ ਰੱਖ ਲਿਆ ਅਤੇ ਵੀ ਆਉਣਗੇ ਲਿਖਾ ਪੜ੍ਹੀ ਜਿੰਨੀ ਕਿਸੀ ਮੋਟੀ ਜੀ ਕਰ ਲਈ ਵੀ ਭਾਈ ਅਸੀਂ ਕਣ ਪਾਵਾਂਗੇ ਲਿਖ ਕੇ ਕਣ ਕਾਹਦੇ ਬਾਰੇ ਪਾਇਆ ਉਹ ਜੇਬ 'ਚ ਪਾਇਆ ਹੋਊ ਲਿਫਾਫੇ 'ਚ ਤਾਂ ਕਿ ਅਸੀਂ ਬਿਨਾਂ ਮੁੱਕਰ ਜਾਈਏ ਅਤੇ ਉਹਨੇ ਦੱਸਣਾ ਉਹ ਵੀ ਆਹ ਗੱਲ ਦਾ ਕਣ ਪਾਇਆ ਜਿਹੜਾ ਕੁਛ ਕਣ ਪਾਇਆ ਲਿਖ ਕੇ ਜੇਬ 'ਚ ਪਾਇਆ ਹੋਇਆ ਅਤੇ ਬਾਬਾ ਤਾਂ ਆਇਆ ਨਾ ਪਰ ਹੁਣ ਇੰਨੀ ਬੇਇੱਜ਼ਤੀ ਉਹ ਵੀ ਨਹੀਂ ਸੀ ਚਾਹੁੰਦਾ ਵੀ ਬੇਇੱਜ਼ਤੀ ਹੋ ਜੇ ਹੋਇਆ ਕੀ ਵੀ ਬਾਬਾ ਰਾਤ ਨੂੰ 9:30 ਗਰਮੀ ਦੇ ਦਿਨ ਸੀ 9:30 ਆ ਗਿਆ ਠੀਕ ਹੈ ਦਿਨੇ ਸ਼ਾਮ ਨੂੰ 4 ਵਜੇ ਦਾ ਟਾਈਮ ਸੀ 4 ਵਜੇ ਨਹੀਂ ਆਇਆ 9:30 ਆਇਆ ਤਾਂ ਬੰਦੇ ਪ੍ਰੈਸ ਵਾਲੇ ਬੰਦੇ ਬੜੇ ਵਧੀਆ ਸੀ ਸਾਡੇ ਕੁਲਦੀਪ ਧੁੰਨਾ ਜੀ ਅੱਜ ਕੱਲ੍ਹ ਕੈਨੇਡਾ ਗਏ ਆ ਉਹ ਬਿੜਕ ਲੈਂਦੇ ਫਿਰਦੇ ਸੀ ਵੀ ਕੋਈ ਇਹੋ ਜਿਹੀ ਗੱਲ ਨਾ ਹੋਵੇ ਵੀ ਇਹ ਲੇਟ ਫੇਟ ਕਰਕੇ ਕਹਿਣ ਬਾਬਾ ਤਾਂ ਆਇਆ ਸੀ ਉਦੋਂ ਸੁਸਾਇਟੀ ਵਾਲੇ ਹੈ ਨਹੀਂ 9:30 ਫੋਨ ਖੜਕ ਗਿਆ ਲੈਂਡਲਾਈਨ ਜੇ ਸੀਗੇ ਉਦੋਂ ਖੜਕਿਆ ਹੋਇਆ ਕਹਿੰਦਾ ਵੀ ਬਾਬਾ ਜੀ ਤਾਂ ਆ ਗਏ ਕਿੱਥੇ ਆ ਗਏ ਭਾਈ ਆਪਦੇ ਰਿਸ਼ਤੇਦਾਰਾਂ ਦੇ ਘਰੇ ਆ ਗਏ ਕਰਕੇ ਲੈਂਡ ਫੋਨ ਜਾਂ ਅਸੀਂ ਕਰ ਕਰਾ ਕੇ ਜੀ ਗਰਮੀ ਦਾ ਦਿਨ ਸੀ ਕੁਛ ਗਰਮੀ ਤੋਂ ਅੱਗੇ ਧੱਕੇ ਉੱਥੇ ਤਾਂ 100 ਬੰਦਾ ਇਕੱਠਾ ਹੋ ਗਿਆ ਠੀਕ ਹੈ ਜੀ 100 ਬੰਦਾ ਇਕੱਠਾ ਹੋਇਆ ਵਿਆ ਅਤੇ ਉਹ ਭਾਈ ਅਖੀਰਲੀ ਗੱਲ ਇਹ ਹੋਈ ਉਹ ਇਹ ਕਹਿ ਗਏ ਵੀ ਭਾਈ ਸਾਡੇ ਬਾਬੇ ਕੋਲ ਕੁਛ ਨਹੀਂ ਭਾਈ ਲੋਕ ਇਹਨੂੰ ਸੱਦਦੇ ਆ ਇਹ ਆ ਜਾਂਦਾ ਇਹ ਕੋਈ ਚੈਲੰਜ ਸਵੀਕਾਰ ਕਰਨ ਨੂੰ ਤਿਆਰ ਨਹੀਂ ਠੀਕ ਹੈ ਬਾਬਾ ਭੱਜ ਗਿਆ ਬਾਬਾ ਭੱਜ ਗਿਆ